ਹਾਂਜੀ ਦੇਖ ਰਹੇ ਹੋ ਵਿਦਨ ਪੰਜਾਬੀ ਟੀਵੀ ਦੇਖਦੇ ਰਹੋ ਵੇਖਣ ਵਾਲਾ ਚੈਨਲ ਹੈ ਤੇ ਮੈਂ ਦੀਪਕ ਸ਼ਰਮਾ ਚਨਾਥਲ ਲੈ ਕੇ ਹਾਜ਼ਰਾਂ ਖਬਰਾਂ ਦੀ ਖਬਰ 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 ਪੰਜਾਬ ਤੋਂ ਚਾਹੇ ਮੀਂਹ ਪੈਣ ਦੀ ਹੋਵੇ ਖਬਰ ਚਾਹੇ ਪੰਜਾਬ ਤੋਂ ਪੰਜਾਬ ਦੇ ਸ਼ਹਿਰ ਪਾਣੀ ਨਾਲ ਡੁੱਬਣ ਦੀ ਹੋਵੇ ਖਬਰ ਚਾਹੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਮੁੱਕਣ ਦੀ ਹੋਵੇ ਖਬਰ ਚਾਹੇ ਇਸ ਵਾਰ ਇਹ ਹੋਵੇ ਕਿ ਹਾਂ S Y L ਦੇ ਨਾਂ ਤੇ ਹਰਿਆਣਾ ਫਿਰ ਸਿਆਸਤ ਕਰ ਰਿਹਾ ਕੋਰਟ ਦੇ ਹੁਕਮ ਆ ਸਕਦੇ ਨੇ ਸਾਡੇ ਖਿਲਾਫ ਖਬਰ ਚਾਹੇ ਇਹ ਹੋਵੇ ਕਿ ਪੰਜਾਬ ਦੇ ਵਿੱਚ ਲਗਾਤਾਰ ਨਸ਼ਿਆਂ ਦਾ ਜਿਹੜਾ ਮੀਂਹ ਵਰ ਰਿਹਾ ਉਹਦੇ ਵਿੱਚ ਪੰਜਾਬ ਦੀ ਜਵਾਨੀ ਗਰਖਦੀ ਜਾ ਰਹੀ ਹੈ। ਖਬਰ ਚਾਹੇ ਇਹ ਹੋਵੇ ਕਿ ਹਰ ਰੋਜ਼ ਫਲਾਣੀ ਥਾਂ ਇੱਕ ਨੌਜਵਾਨ ਓਵਰਡੋਜ਼ ਨਾਲ ਮਰ ਗਿਆ। ਫਲਾਣੇ ਪਿੰਡ ਦੇ ਵਿੱਚ ਦੋ ਨੌਜਵਾਨ ਓਵਰਡੋਜ਼ ਨਾਲ ਮਰ ਗਏ। ਇੱਕ ਕੁੜੀ ਮਰ ਗਈ ਜੀ। ਇੰਨਾ ਨਸ਼ਾ ਫੜ ਹੋ ਗਿਆ। ਖਬਰ ਚਾਹੇ ਕਿਸਾਨੀ ਦੀ ਹੋਵੇ ਕਿ ਫਲਾਣੀ ਥਾਂ ਫਲਾਣਾ ਕਿਸਾਨ ਖੁਦਕੁਸ਼ੀ ਕਰ ਗਿਆ। ਖਬਰ ਚਾਹੇ ਸੜਕ ਹਾਦਸਿਆਂ ਦੀ ਹੋਵੇ। ਪੰਜਾਬ ਦੇ ਕਿਸੇ ਵੀ ਮਸਲੇ ਨਾਲ। ਖਬਰ ਚਾਹੇ ਬੇਅਦਬੀ ਮਾਮਲਿਆਂ ਤੇ ਹੋਵੇ। ਕਿ ਕਲੋਜ਼ਰ ਰਿਪੋਰਟ सीबीआई ਨੇ ਕਲੋਜ਼ਰ ਰਿਪੋਰਟ ਦਾਖਲ ਕਰਤੀ ਸਰਕਾਰ ਸੁੱਤੀ ਹੋ ਰਹੀ ਪੰਜਾਬ ਦੀ ਖਬਰੇ ਨਹੀਂ ਉਹਨੂੰ ਪਤਾ ਉਹਨੂੰ ਪਤਾ ਹੀ ਨਹੀਂ ਕਿ ਕਦੋਂ ਮਹਾਲੀ ਚਾ ਕੇ सीबीआई ਦਾਖਲ ਕਰ ਗਈ ਗ੍ਰਹਿ ਮੰਤਰੀ ਸਾਹਿਬ ਨੂੰ ਪਤਾ ਹੀ ਨਹੀਂ ਲੱਗਿਆ ਸਾਡੇ ਨੂੰ ਲਾਓ ਫਿਰ ਪਰ ਕੇਂਦਰ ਨੂੰ ਤਾਂ ਪਤਾ ਸੀ ਇਸ ਲਈ ਖਬਰਾਂ ਚਾਹੇ ਪੰਜਾਬ ਦੇ ਕਿਸੇ ਸਿੱਧੇ ਧਾਰਮਿਕ ਮਸਲੇ ਨਾਲ ਸੰਬੰਧ ਰੱਖਦੀਆਂ ਹੋਣ ਸਿਆਸੀ ਮਸਲਿਆਂ ਨਾਲ ਸੰਬੰਧ ਰੱਖਦੀਆਂ ਹੋਣ ਸਮਾਜਿਕ ਮਸਲਿਆਂ ਨਾਲ ਸੰਬੰਧ ਰੱਖਦੀਆਂ ਹੋਣ ਚਰਚਾ ਇੱਕੋ ਗੱਲ ਦੀ ਨਵਜੋਤ ਸਿੱਧੂ ਉਹਦਾ ਸੰਭੂ ਗਾਗਾ ਜਾਂ ਨਹੀਂ ਲਓ ਜੀ ਫਿਰ ਨਵਜੋਤ ਸਿੱਧੂ ਵਾਲੀ ਮਸਲਾ ਮੈਂ ਤੁਹਾਨੂੰ ਦੱਸ ਦੇਣਾ ਹੁਣ ਹੁਣ ਜੇਕਰ ਆਪਾਂ ਨੂੰ ਆਦਤ ਹੀ ਪੈ ਗਈ ਹੈ ਖਬਰਾਂ ਸੁਣਨ ਦੀ ਤਾਂ ਮੈਂ ਬਾਕੀ ਸਾਰੀਆਂ ਖਬਰਾਂ ਤਾਂ ਦੱਸਦੀ ਰਹਿਣਾ ਅੱਜ ਫੇਰ ਇੱਕ ਵਾਰ ਸਿੱਧੂ ਦੀ ਖਬਰ ਦੱਸਦਾ ਨਵਜੋਤ ਸਿੰਘ ਸਿੱਧੂ ਬੜਾ ਲੰਮਾ ਸਮਾਂ ਹੋ ਗਿਆ ਜੀ ਉਹਨਾਂ ਨੂੰ ਵਿਭਾਗ ਬਦਲਿਆ ਨੂੰ ਪਰ ਅਹੁਦਾ ਨਹੀਂ ਸੰਭਾਲ ਰਹੇ ਸੀ ਦਫ਼ਤਰ ਸੁੰਨਾ ਪਿਆ ਅਧਿਕਾਰੀ ਵਿਹਲੇ ਬੈਠੇ ਨੇ ਕੁਰਸੀਆਂ ਖਾਲੀ ਪਈਆਂ ਨੇ ਹੈ ਸਾਬ ਜਾ ਹੀ ਨਹੀਂ ਰਹੇ ਦਫ਼ਤਰ ਚ ਸਾਬ ਬਿਜਲੀ ਵਿਭਾਗ ਸਾਹ ਵੀ ਨਹੀਂ ਰਹੇ ਹਾਂ ਬਿਜਲੀ ਵਿਭਾਗ ਦਾ ਆਪਣਾ ਦਫਤਰ ਸੰਭਲਣ ਦੀ ਬਜਾਏ ਆਪਣੇ ਵਿਭਾਗ ਦਾ ਚਾਰਜ ਸੰਭਲਣ ਦੀ ਬਜਾਏ ਨਵਜੋਤ ਸਿੰਘ ਸਿੱਧੂ ਮਾਂ ਬੈਸ਼ਨੂ ਦੇਵੀ ਦੇ ਦਰਬਾਰ ਚਲੇ ਜਾਂਦੇ ਨੇ ਲੰਮਾ ਸਮਾਂ ਉਸ ਦਰਬਾਰ ਚ ਬੈਠ ਕੇ ਆਰਤੀਆਂ ਦੇ ਵਿੱਚ ਹਿੱਸਾ ਲੈਂਦੇ ਨੇ ਲੰਮਾ ਸਮਾਂ ਉੱਥੇ ਰਹਿ ਕੇ ਗੁਫਾ ਚ ਰਹਿ ਕੇ ਸਾਧਨਾ ਕਰਦੇ ਨੇ ਕਹਿੰਦੇ ਜੱਗ ਹਮਨ ਕਰਾਏ ਨੇ ਉੱਥੇ ਉਹਨਾਂ ਨੇ ਤੇ ਫਿਰ ਵਾਪਸ ਆਉਂਦੇ ਨੇ ਵਾਪਸ ਅੰਮ੍ਰਿਤਸਰ ਪਹੁੰਚਦੇ ਨੇ ਨਵਜੋਤ ਸਿੱਧੂ ਅੰਮ੍ਰਿਤਸਰ ਜਦੋਂ ਆਪਣੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਤਾਂ ਬਾਹਰ ਅਫਸਰਾਂ ਦੀਆਂ ਲਾਈਨਾਂ ਬਾਰ ਮੀਡੀਆ ਵਾਲਿਆਂ ਦੀਆਂ ਗੱਡੀਆਂ ਦੀਆਂ ਲਾਈਨਾਂ ਓਬੀ ਬਾਈਨਾ ਕਿ ਲਾਈਵ ਕਰਨਾ ਨਵਜੋਤ ਸਿੰਘ ਸਿੱਧੂ ਨੂੰ ਬੈਸ਼ਨੂ ਦੇਵੀ ਤੋਂ ਪਰਤੇ ਨੇ ਨਵਜੋਤ ਸਿੰਘ ਸਿੱਧੂ ਪਰ ਨਵਜੋਤ ਸਿੰਘ ਸਿੱਧੂ ਆਪਣੇ ਘਰ ਦਾ ਗੇਟ ਹੀ ਨਹੀਂ ਖੋਲਦੇ ਜਿਹੜੇ ਹਰ ਸਮੇਂ ਮੀਡੀਆ 'ਚ ਰਹਿਣ ਦੇ ਆਦੀ ਸੀ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਸਵੇਰੇ ਸ਼ਾਮ ਦੁਪਹਿਰੇ ਹਰ ਟਾਈਮ ਮੀਡੀਆ ਦੀ ਲੋੜ ਪੈਂਦੀ ਸੀ ਕਿ ਮੈਂ ਮੀਡੀਆ 'ਚ ਕੋਈ ਗੱਲ ਕਾਂ ਜਿਨ੍ਹਾਂ ਨੂੰ ਹਰ ਸਮੇਂ ਕੋਈ ਮੰਚ ਚਾਹੀਦਾ ਹੁੰਦਾ ਸੀ ਕਿ ਜਿੱਥੇ ਜਾ ਕੇ ਮੈਂ ਆਪਣੀ ਗੱਲ ਕਾਂ ਉਹ ਲੰਮੇ ਸਮੇਂ ਤੋਂ ਮੀਡੀਆ ਤੋਂ ਦੂਰੀ ਬਣਾ ਕੇ ਰੱਖਦੇ ਨੇ ਉਹ ਕਿਸੇ ਵੀ ਚੈਨਲ ਨਾਲ ਅਖਬਾਰ ਨਾਲ ਗੱਲ ਨਹੀਂ ਕਰਦੇ ਤੇ ਜਦੋਂ ਅੰਮ੍ਰ ਲੰਬੇ ਸਮੇਂ ਤੋਂ ਬਾਅਦ ਵਾਪਸ ਆਪਣੇ ਘਰ ਆਉਂਦੇ ਨੇ ਤੇ মিডিਆ ਦੇ ਬੂਹਾਂ ਖੜਕਾਉਣ ਤੇ ਵੀ ਨਹੀਂ ਖੋਲਦੇ ਅਫਸਰਾਂ ਦੀ ਮਿੰਨਤ ਤੇ ਵੀ ਮੀਟਿੰਗ ਨਹੀਂ ਕਰਦੇ ਕਿਸੇ ਲੀਡਰ ਨੂੰ ਨਹੀਂ ਮਿਲਦੇ ਆਪਣੇ ਚੰਦ ਨੇੜਲੇ ਲੋਕਾਂ ਨੂੰ ਮਿਲਦੇ ਨੇ ਤੇ ਫਿਰ ਫਿਰ ਨਵਜੋਤ ਸਿੰਘ ਸਿੱਧੂ ਅਚਾਨਕ ਚੰਡੀਗੜ੍ਹ ਪਹੁੰਚਦੇ ਨੇ ਜਦੋਂ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਦਾਖਲ ਹੁੰਦੇ ਨੇ ਚੰਡੀਗੜ੍ਹ ਆਪਣੇ ਸਰਕਾਰੀ ਰਿਹਾਜ ਦੇ ਅੰਦਰ ਦਾਖਲ ਹੁੰਦੇ ਨੇ ਤਾਂ ਇੱਕ ਵਾਰ ਫਿਰ মিডিਆ 'ਚ ਖਲਬਲੀ ਮੱਚਦੀ ਹੈ ਸਿਆਸੀ ਗਲਿਆਰਿਆਂ 'ਚ ਖਲਬਲੀ ਮੱਚਦੀ ਹੈ ਖਾਸ ਕਰ ਕਾਂਗਰਸੀ ਮੰਤਰੀਆਂ 'ਚ ਜਿਨ੍ਹਾਂ ਨੇ ਸੋਚਿਆ ਹੋਇਆ ਕੁਝ ਲੋਕਾਂ ਨੇ ਕਿ ਨਵਜੋਤ ਸਿੰਘ ਸਿੱਧੂ ਕੈਬਨਟ ਚੋਂ ਬਾਹਰ ਹੋਣ ਉਹਨਾਂ ਦੇ ਅੰਦਰ ਕੁਸਰਤ ਪੁਤਰ ਸ਼ੁਰੂ ਹੁੰਦੀ ਹੈ ਤੇ ਜਿਹੜੇ ਕਾਂਗਰਸੀ ਐਮਐਲਏ ਨਵਜੋਤ ਸਿੰਘ ਸਿੱਧੂ ਦੀ ਥਾਂ ਤੇ ਕੈਪਟਨ ਦੀ ਕੈਬਨਟ ਵਿੱਚ ਆਉਣਾ ਚਾਹੁੰਦੇ ਨੇ ਉਹ ਪਤਾ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਨਵਜੋਤ ਸਿੰਘ ਸਿੱਧੂ ਸਰਕਾਰੀ ਰਿਹੈਸ਼ ਤੋਂ ਸਮਾਨ ਚੱਕਣਾ ਹੈ ਬਿਲਕੁਲ ਜੀ ਰੋਲਾ ਇਹੋ ਪੈਂਦਾ ਹੈ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਅਸਤੀਫਾ ਪਿਛਲੇ ਮਹੀਨੇ ਭੇਜਿਆ ਸੀਗਾ ਰਾਹੁਲ ਗਾਂਧੀ ਨੂੰ ਉਹ ਦੁਬਾਰਾ ਹੁਣ ਕੈਪਟਨ ਦੇ ਘਰੇ ਭੇਜਦਾ ਤੇ ਇਹਦਾ ਮਤਲਬ ਉਹ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਸਰਕਾਰੀ ਰਹਿਸ਼ ਖਾਲੀ ਕਰਨ ਆਏ ਨੇ ਸਰਕਾਰੀਆਂ ਗੱਡੀਆਂ ਮੋੜਨ ਆਏ ਨੇ ਤੇ ਉਹ ਆਪਣਾ ਘਰ-ਵਾਰ ਖਾਲੀ ਕਰਨਗੇ ਸਮਾਨ ਚੱਕਣਗੇ ਸਭ ਦੀ ਨਿਗਾਹ ਇਸ ਗੱਲ ਤੇ ਲੱਗੀ ਸੀ ਸਾਰੇ ਸਰਕਾਰੀ ਅਫਸਰਾਂ ਨੂੰ ਮੰਤਰੀਆਂ ਨੂੰ ਸੰਤਰੀਆਂ ਨੂੰ ਇਹੋ ਪਲ ਪਤਾ ਕਰਨ ਦੀ ਕੋਸ਼ਿਸ਼ ਲੱਗੇ ਸਨ ਕਿ ਕੀ ਨਵਜੋਤ ਸਿੰਘ ਸਿੱਧੂ ਸਮਾਨ ਬਨ ਰਹੇ ਨੇ ਕੀ ਆਪਣਾ ਘਰ ਚੋਂ ਸਮਾਨ ਸਿਮੇਟ ਰਹੇ ਨੇ ਕੀ ਸਰਕਾਰੀ ਘਰ ਖਾਲੀ ਕਰ ਰਹੇ ਨੇ ਕੀ ਗੱਡੀਆਂ ਵਾਪਸ ਛੱਡ ਕੇ ਜਾ ਰਹੇ ਨੇ ਵਾਪਸ ਅੰਮ੍ਰਿਤਸਰ ਜਾਣਗੇ ਸਭ ਦਾ ਧਿਆਨ ਇਸ ਗੱਲ ਤੇ ਕਿ ਨਵਜੋਤ ਸਿੰਘ ਸਿੱਧੂ ਕੀ ਚੰਡੀਗੜ੍ਹ ਆਪਣੇ ਅਸਤੀਫੇ ਤੋਂ ਬਾਅਦ ਜਿਹੜਾ ਉਹਨਾਂ ਨੇ ਦੂਜੀ ਵਾਰ ਕਹਿ ਸਕਦੇ ਆ ਕਿ ਅਸਤੀਫਾ ਘੱਲਿਆ ਟਵੀਟ ਰਾਹੀਂ ਦੱਸਿਆ ਕਿ ਮੈਂ ਕੈਪਟਨ ਦੇ ਘਰੇ ਵੀ ਅਸਤੀਫਾ ਭੇਜਤਾ ਕੈਪਟਨ ਨੇ ਵੀ ਦੱਸਤਾ ਕਿ ਮੇਰੀ ਸਰਕਾਰੀ ਰਹਿਸ਼ ਤੇ ਪਹੁੰਚ ਗਿਆ ਇਸ ਲਈ ਉਹ ਜੇਕਰ ਨਵਜੋਤ ਸਿੰਘ ਸਿੱਧੂ ਆਪ ਆਪਣੀ ਸਰਕਾਰੀ ਰਹਿਸ਼ ਤੇ ਪਹੁੰਚੇ ਨੇ ਤਾਂ ਹੋ ਸਕਦਾ ਕਿ ਉਹ ਆਪਣਾ ਸਮਾਨ ਲੈਣ ਆਇਓ ਪਰ ਖਬਰ ਇਸ ਤੋਂ ਬਿਲਕੁਲ ਉਲਟ ਜਨਾਬ ਖਬਰ ਇਹ ਆ ਕਿ ਆਉਂਦੇ ਸਮੇਂ ਦੇ ਵਿੱਚ ਜੇਕਰ ਇਸੇ ਤਰ੍ਹਾਂ ਰਿਹਾ ਜੋ ਕੁਝ ਹੁਣ ਚੱਲ ਰਿਹਾ ਇਸ ਸਮੇਂ ਜਦੋਂ ਮੈਂ ਤੁਹਾਨੂੰ ਇਹ ਖਬਰ ਦੇ ਰਿਹਾ ਨਾ ਉਸ ਸਮੇਂ ਜੋ ਕੁਝ ਘਟਨਾਕ੍ਰਮ ਚੱਲ ਰਹੇ ਨੇ ਜੇਕਰ ਸਾਰਾ ਕੁਝ ਇਸੇ ਅਨਸਾਰ ਚੱਲਿਆ ਤਾਂ ਆਉਂਦੇ 1-2 ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਆਪਣਾ ਮੰਤ్రਾਲਾ ਸੰਭਾਲ ਸਕਦੇ ਨੇ ਇਹ ਵੱਖਰਾ ਸਵਾਲ ਹੈ ਕਿ ਉਹ ਮੰਤ్రਾਲਾ ਕਿਹੜਾ ਹੋਏਗਾ ਜਿਆਦਾ ਚਾਂਸ ਹੈ ਇਸੋ ਗੱਲ ਦੇ ਨੇ ਕਿ ਊਰਜਾ ਵਿਭਾਗ ਹੀ ਹੋ ਸਕਦਾ ਤੇ ਨਵਜੋਤ ਸਿੰਘ ਸਿੱਧੂ ਦੁਆਰਾ ਕੈਬਨਿਟ ਦੇ ਵਿੱਚ ਹੋ ਸਕਦੇ ਨੇ ਮੰਤ్రਾਲਾ ਅੱਗੇ ਪਿੱਛੇ ਹੋ ਵੀ ਸਕਦਾ ਹੈ ਕਿ ਵਿਭਾਗ ਕੋਈ ਇੱਧਰ ਉੱਧਰ ਹੋ ਜਵੇ ਕਿਸੇ ਹੋਰ ਨਾਲ ਅਦਲਾ ਬਦਲੀ ਹੋ ਜਵੇ ਕੋਈ ਵੱਧ ਘਾਟਾ ਹੋ ਜਵੇ ਪਰ ਅੱਜ ਦੀ ਰਿਪੋਰਟ ਇਹੋ ਹੈ ਇਸ ਸਮੇਂ ਦੀ ਰਿਪੋਰਟ ਇਹੋ ਹੈ ਤਾਜ਼ਾ ਕਿ ਨਵਜੋਤ ਸਿੰਘ ਸਿੱਧੂ ਕਿਸੇ ਵੀ ਸਮੇਂ ਵਾਪਸ ਕੈਪਟਨ ਦੀ ਕੈਬਨਟ ਵਿੱਚ ਸ਼ਾਮਲ ਹੋ ਸਕਦੇ ਨੇ ਲਓ ਫਿਰ ਖਬਰ ਦਾ ਆਧਾਰ ਵੀ ਦੱਸ ਦਿੰਨਾ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਪਹੁੰਚਦੇ ਨੇ ਤੇ ਕੈਪਟਨ ਨਰਮਿੰਦਰ ਦਿੱਲੀ ਹੁੰਦੇ ਨੇ ਅਮਰਿੰਦਰ ਨੂੰ ਉੱਥੇ ਦਿੱਲੀ ਪੁੱਛਿਆ ਜਾਂਦਾ ਉਹ ਕਹਿੰਦੇ ਹਾਂ ਮੈਨੂੰ ਸੁਨੇਹਾ ਮਿਲ ਗਿਆ ਮੈਨੂੰ ਪਤਾ ਲੱਗ ਗਿਆ ਕਿ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮੇਰੇ ਘਰੇ ਸਰਕਾਰੀ ਰਹਿਸ਼ਤੇ ਪਹੁੰਚ ਗਿਆ ਪਰ ਮੈਂ ਦਿੱਲੀ ਆਇਆ ਹਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਸੀ ਉਹ ਕੁਝ ਹੋਰ ਮੰਤਰੀਆਂ ਨੂੰ ਮਿਲੇ ਸੀ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੇ ਸੱਦਾ ਦਿੱਤਾ 550 ਸਾਲਾ ਦੇ ਮੁੱਖ ਸਮਾਗਮ ਲਈ ਤੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਪੁਸ਼ਟੀ ਕੀਤੀ ਹੈ ਦੁਬਾਰਾ ਕਿ ਹਾਂ ਮੈਂ ਜ਼ਰੂਰ ਆਵਾਂਗਾ ਇਸ ਦਿਨ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਚੰਡੀਗੜ੍ਹ ਵਾਪਸ ਜਾਵਾਂਗਾ ਤਾਂ ਮੈਂ ਪਹਿਲਾਂ ਅਸਤੀਫਾ ਪੜਾਂਗਾ ਫਿਰ ਉਸ ਦੇ ਉੱਪਰ ਫੈਸਲਾ ਲਵਾਂਗਾ ਬੇਸ਼ੱਕ ਉਹ ਇਸ ਤੋਂ ਪਹਿਲਾਂ ਕਹਿ ਚੁੱਕੇ ਨੇ ਕਿ ਕੈਬਨਟ ਵਿੱਚ ਰਹਿਣਾ ਜਾਂ ਨਾ ਰਹਿਣਾ ਮੰਤਰੀ ਬਣੇ ਰਹਿਣਾ ਜਾਂ ਨਾ ਰਹਿਣਾ ਇਹ ਨਵਜੋਤ ਸਿੱਧੂ ਦੀ ਆਪਣੀ ਮਰਜ਼ੀ ਹੈ ਜੇਕਰ ਉਹ ਨਹੀਂ ਰਹਿਣਾ ਚਾਹੁੰਦੇ ਤਾਂ ਠ ਪਰ ਜਦੋਂ ਕੈਪਟਨ ਰਮਿੰਦਰ ਨੇ ਇਹ ਕਿਹਾ ਕਿ ਮੈਂ ਅਸਤੀਫਾ ਜਾ ਕੇ ਪੜਾਂਗਾ ਫਿਰ ਉਸ ਉੱਪਰ ਫੈਸਲਾ ਕਰਾਂਗਾ ਉੱਥੋਂ ਹੀ ਕੁਛ ਨਾ ਕੁਛ ਸੰਭਾਵਨਾ ਪੈਦਾ ਹੋ ਗਈ ਕਿ ਨਹੀਂ ਕੈਪਟਨ ਇਹ ਵੀ ਕਹਿ ਸਕਦੇ ਸੀ ਠੀਕ ਹੈ ਹੁਣ ਅਸਤੀਫਾ ਆ ਗਿਆ ਜਾਂਦੀ ਫੈਸਲਾ ਲੈ ਲਾਂਗੇ ਪਰ ਤਾਂ ਵੀ ਤਾਂ ਵੀ ਉਹਨਾਂ ਦੀ ਥਾਂ ਤੇ ਸਿੱਧੂ ਦੀ ਥਾਂ ਤੇ ਜਿਨ੍ਹਾਂ ਨੇ ਮੰਤਰੀ ਬਣਨ ਦੀ ਦੌੜ ਚ ਨੇ ਜਿਹੜੇ ਐਮਐਲਏ ਉਹਨਾਂ ਨੂੰ ਉਮੀਦ ਸੀ ਕਿ ਕੈਪਟਨ ਸਾਹਿਬ ਪੰਜਾਬ ਆਉਂਦਿਆਂ ਹੀ ਫੈਸਲਾ ਸੁਣਾ ਦੇਣਗੇ ਪਹਿਲਾਂ ਬੁੱਧਵਾਰ ਨੂੰ ਉਮੀਦ ਸੀ ਫਿਰ ਵੀਰਵਾਰ ਨੂੰ ਉਮੀਦ ਸੀ ਬੁੱਧਵਾਰ ਵੀ ਲੰਘ ਗਿਆ ਕੈਪਟਨ ਸਾਹਿਬ ਲੇਟ ਦਿੱਲੀ ਤੋਂ ਇੱਥੇ ਪਹੁੰਚੇ ਵੀਰਵਾਰ ਤੋਂ ਦਿਨ ਬੀਟਾ ਪ ਗਿਆ ਕੋਈ ਫੈਸਲਾ ਨਹੀਂ ਆਇਆ ਪਰ ਜਿਵੇਂ ਹੀ ਕੈਪਟਨ ਅਮਰਿੰਦਰ ਨੇ ਦਿੱਲੀ ਤੋਂ ਚੰਡੀਗੜ੍ਹ ਦੀ ਵਾਪਸੀ ਸ਼ੁਰੂ ਕੀਤੀ ਤਾਂ ਇਧਰ ਨਵਜੋਤ ਸਿੱਧੂ ਨੇ ਚੰਡੀਗੜ੍ਹ ਤੋਂ ਦਿੱਲੀ ਦੀ ਰਵਾਨਗੀ ਸ਼ੁਰੂ ਕੀਤੀ ਬਿਲਕੁਲ ਜੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਤੋਂ ਵਾਪਸ ਚੰਡੀਗੜ੍ਹ ਆ ਰਹੇ ਸਨ ਤੇ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਤੋਂ ਦਿੱਲੀ ਜਾ ਰਹੇ ਸਨ ਬੈਸ਼ਨੂ ਦੇਵੀ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਦਿੱਲੀ ਕਹਿਣ ਵਾਲਾ ਤਾਂ ਇਹੋ ਦੱਸਦੇ ਨੇ ਸੂਤਰ ਸਾਡੇ ਵੀ ਹੈਗੇ ਅਸੀਂ ਵੀ ਸਾਰਾ ਕੁਝ ਪਤਾ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ ਤੇ ਮੇਰੇ ਸੂਤਰ ਤਾਂ ਇਹੋ ਦੱਸਦੇ ਨੇ ਕਿ ਨਵਜੋਤ ਸਿੰਘ ਸਿੱਧੂ ਬੀਬੀ ਪ੍ਰੇਨਕਾ ਗਾਂਧੀ ਦੇ ਸਨੇਹ ਤੇ ਦਿੱਲੀ ਗਏ ਨੇ ਪ੍ਰੇਨਕਾ ਗਾਂਧੀ ਨਾਲ ਮੁਲਾਕਾਤ ਹੋਈ ਹੈ ਉਸ ਮੁਲਾਕਾਤ ਕਰਨ ਸੋਨੀਆ ਤੇ ਰਾਹੁਲ ਇੱਥੇ ਨਹੀਂ ਹੈਗੇ ਉਹ ਵਿਦੇਸ਼ ਫੇਰੀ ਤੇ ਨੇ ਉੱਭਾਰ ਗਏ ਹੋਏ ਨੇ ਤੇ ਇਸ ਲਈ ਪ੍ਰੇਨਕਾ ਗਾਂਧੀ ਲਗਾਤਾਰ ਇਸ ਮਸਲੇ ਨੂੰ ਨਿਬੇੜਨ ਦੇ ਲਈ ਜ਼ਿੰਮੇਵਾਰੀ ਕਹਿੰਦੇ ਦਿੱਤੀ ਗਈ ਹੈ ਕਿਉਂਕਿ ਰਾਹੁਲ ਗਾਂਧੀ ਸੋਨੀਆ ਗਾਂਧੀ ਪ੍ਰੇਨਕਾ ਗਾਂਧੀ ਕਾਂਗਰਸ ਦੀ ਹਾਈ ਕਮਾਂਡ ਮੁਰਲੀ ਕਤਾਰ ਦੇ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਖੋਣਾ ਨਹੀਂ ਚਾਹੁੰਦੇ ਤੇ ਕੈਪਟਨ ਅਮਰਿੰਦਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਇਸ ਲਈ ਦੋਵਾਂ ਦੇ ਵਿਚਕਾਰ ਸਾਂਝ ਬਣਾਉਣ ਦੇ ਲਈ ਇੱਕ ਵਾਰ ਫਿਰ ਕੋਸ਼ਿਸ਼ ਹੈ ਜੀ ਤੇ ਇਸੇ ਕੋਸ਼ਿਸ਼ ਦੇ ਵਿੱਚੋਂ ਇਹ ਖਬਰ ਮਿਲੀ ਹੈ ਕਿ ਜਦੋਂ ਕੈਪਟਨ ਰਮਿੰਦਰ ਚੰਡੀਗੜ੍ਹ ਨੂੰ ਤੁਰਦੇ ਨੇ ਤਾਂ ਚੰਡੀਗੜ੍ਹ ਤੋਂ ਨਵਜੋਤ ਸਿੱਧੂ ਦਿੱਲੀ ਨੂੰ ਤੁਰਦੇ ਨੇ ਤੇ ਕੈਪਟਨ ਆ ਕੇ ਅਸਤੀਫੇ ਵਾਲੀ ਕਾਪੀ ਹਜੇ ਸਰਾਣੇ ਥੱਲੇ ਰੱਖ ਲੈਂਦੇ ਨੇ ਕਿ ਨਹੀਂ ਹਜੇ ਨਹੀਂ ਦੱਸਣਾ ਕਿਸੇ ਨੂੰ ਹਜੇ ਨਹੀਂ ਮੈਂ ਪੜਨੀ ਹਜੇ ਇਸ ਪਰ ਕੋਈ ਟਿੱਪਣੀ ਨਹੀਂ ਕਰਨੀ ਅੱਛਾ ਜੇਕਰ ਮੈਂ ਜਿਹੜੀ ਗੱਲ ਆਖ ਰਿਹਾ ਕਿ ਹੋ ਸਕਦਾ ਨਵਜੋ ਸਿੱਧੂ ਕੈਬਨਟ 'ਚ ਵਾਪਸ ਆ ਜਾਣ ਇਹਦਾ ਇੱਕ ਹੋਰ ਆਧਾਰ ਹੈ ਮੇਰੇ ਕੋਲ ਕੈਪਟਨ ਦੇ ਇੱਕ ਹੋਰ ਕੈਪਟਨ ਮਤਲਬ ਹਾਈ ਕਮਾਂਡ ਨਹੀਂ ਕੈਪਟਨ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਉਹ ਵੀ ਸਿੱਧੂ ਦੇ ਮਗਰ ਦਿੱਲੀ ਚਲੇ ਗਏ ਜਨਾਬ ਬਿਲਕੁਲ ਜੀ ਕੈਪਟਨ ਦੇ ਸਭ ਤੋਂ ਨਜ਼ਦੀਕੀ ਮੰਨੇ ਜਾਂਦੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਨੇੜਲੇ ਸਾਥੀਆਂ ਦੇ ਵਿੱਚੋਂ ਜੇਕਰ ਕੋਈ ਹੈਗਾ ਤਾਂ ਉਹ ਕੈਪਟਨ ਸੰਦੀਪ ਸੰਧੂ ਦਾ ਨਾਮ ਹੈ ਤੇ ਕੈਪਟਨ ਸੰਦੀਪ ਸੰਧੂ ਹੁਣ ਦਿੱਲੀ ਗਏ ਨੇ ਨਵਜੋਤ ਸਿੰਘ ਸਿੱਧੂ ਦੇ ਮਗਰ ਮਗਰ ਦੱਸਣ ਵਾਲੇ ਤਾਂ ਇਹ ਵੀ ਦੱਸਦੇ ਨੇ ਕਿ ਪ੍ਰੇਨਕਾ ਗਾਂਧੀ ਨੇ ਜਿੱਥੇ ਨਵਜੋਤ ਸਿੱਧੂ ਨੂੰ ਬੁਲਾਇਆ ਸੀ ਉੱਥੇ ਹੀ ਇਸ ਹਾਈ ਕਮਾਂਡ ਦੇ ਘਰੇ ਇਸ ਬੰਦ ਕਮਰੇ ਦੇ ਵਿੱਚ ਸੰਦੀਪ ਤੇ ਸਿੱਧੂ ਦੀ ਮਿਲਣੀ ਹੋ ਚੁੱਕੀ ਹੈ ਜਨਾਬ ਸੰਦੀਪ ਸੰਧੂ ਤੇ ਨਵਜੋਤ ਸਿੱਧੂ ਇਹਨਾਂ ਦੋਆਂ ਦੀ ਮਿਲਣੀ ਹੋ ਚੁੱਕੀ ਹੈ ਦੋਵਾਂ ਦੀ ਆਪਸ ਵਿੱਚ ਗੱਲਬਾਤ ਹੋ ਗਈ ਹੈ ਤੇ ਗੱਲਬਾਤ ਦੇ ਵਿੱਚ ਕਹਿੰਦੇ ਕਿਤੇ ਨਾ ਕਿਤੇ ਤੈਅ ਹੋਇਆ ਕੁਝ ਕੁਝ ਖਿਚੜੀ ਪੱਕ ਗਈ ਹੈ ਜਨਾਬ ਬਿਲਕੁਲ ਜੀ ਤੇ ਜੇਕਰ ਇਹ ਖਿਚੜੀ ਕੋਈ ਪੱਕੀ ਹੈ ਤਾਂ ਉਹਦੀ ਉਮੀਦ ਕੀਤੀ ਜਾ ਸਕਦੀ ਹੈ ਕਿ ਛੇਤੀ ਹੀ ਇਹ ਮਾਮਲਾ ਨਿਬੜ ਜਾਏਗਾ ਇਹਦੀ ਉਮੀਦ ਬਣ ਗਈ ਹੈ ਇਹਦੀ ਸੰਭਾਵਨਾ ਪੈਦਾ ਹੋ ਗਈ ਹੈ ਇਸ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੇ ਕੋਲ ਜਿਹੜੀ ਖਬਰ ਹੈ ਉਹ ਇਹੋ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਕੈਪਟਨ ਦੀ ਕੈਬਨਿਟ ਦੇ ਵਿੱਚ ਮੁੜ ਕੇ ਸ਼ਾਮਲ ਹੋ ਸਕਦੇ ਨੇ ਕੈਪਟਨ ਦੀ ਕੈਬਨਿਟ ਦਾ ਸ਼ਿੰਗਾਰ ਬਣ ਸਕਦੇ ਨੇ ਕਿਉਂਕਿ ਹਾਈ ਕਮਾਂਡ ਕੈਪਟਨ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੀ ਤੇ ਸਿੱਧੂ ਨੂੰ ਖੋਣਾ ਨਹੀਂ ਚਾਹੁੰਦੀ ਇਸ ਲਈ ਉਹਨਾਂ ਦੀ ਕੋਸ਼ਿਸ਼ ਸੀ ਜਿਹਦੇ ਵਿੱਚ ਪ੍ਰਿੰਕਾ ਗਾਂਧੀ ਨੇ ਉਹਨੂੰ ਭੂਮਿਕਾ ਨਿਭਾਈ ਹੈ ਕੁਝ ਹੋਰ ਲੀਡਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਤੇ ਸੰਦੀਪ ਸੰਧੂ ਬਾ ਦਿੱਲੀ ਗਏ ਨੇ ਨਵਜੋਤ ਸਿੱਧੂ ਨਾਲ ਕਹਿੰਦੇ ਮੁਲਾਕਾਤ ਹੋਈ ਹੈ ਇਹ ਇਧਰੋਂ ਉਧਰੋਂ ਸੂਤਰਾਂ ਦੇ ਹਵਾਲੇ ਨਾਲ ਕੁਸਰ-ਮੁਸਰ ਰਾਈ ਅਸੀਂ ਵੀ ਖਬਰਾਂ ਇਕੱਠੀਆਂ ਕਰਦੇ ਹਾਂ ਤੇ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਆਉਂਦੇ ਸਮੇਂ ਦੇ ਵਿੱਚ ਫਿਰ ਕੋਈ ਨਵੀਂ ਸੰਭਾਵਨਾ ਬਣ ਸਕਦੀ ਹੈ ਇਸ ਲਈ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਿੱਧੂ ਵਾਲੇ ਮਾਮਲੇ 'ਚ ਨਵਾਂ ਮੋੜ ਕਿ ਨਵਜੋਤ ਸਿੰਘ ਸਿੱਧੂ ਤੀਜਾ ਬਦਲ ਬਣਾਉਣਗੇ ਨਵਜੋਤ ਸਿੰਘ ਸਿੱਧੂ ਹੁਣ ਬੈਂਸ ਭਰਾਵਾਂ ਨਾਲ ਜਾਣਗੇ ਮੁੱਖ ਮੰਤਰੀ ਦੇ ਉਮੀਦਵਾਰ ਬਣ ਜਾਣਗੇ ਚਰਚਾਈ ਵੀ ਚੱਲ ਰਹੀ ਸੀ ਸਾਨੂੰ ਵੀ ਕਿਤੇ ਕਿਤੇ ਸੰਭਾਵਨਾ ਲੱਗਣ ਲੱਗੀ ਸੀ ਕਿ ਬੀਜੇਪੀ ਚ ਘਰ ਵਾਪਸੀ ਵੀ ਹੋ ਸਕਦੀ ਹੈ ਹੋਰ ਕਈ ਬਦਲ ਖੁੱਲੇ ਸੀਗੇ ਜਾ ਚੁੱਪ ਕਰਕੇ ਕਾਂਗਰਸ ਦੇ ਹਲੇ ਪਿੱਛੇ ਲੱਕੇ ਖੜ ਸਕਦੇ ਨੇ ਤੇ ਉਹਨਾਂ ਨੂੰ ਹਾਈ ਕਮਾਂਡ ਦੇ ਵਿੱਚ ਵੱਡੇ ਅਹੁਦੇ ਦੀ ਉਮੀਦ ਹੈ ਉਹ ਹਜੇ ਵੀ ਹੈ ਹਾਈ ਕਮਾਂਡ ਵੱਲੋਂ ਜਿਹੜਾ ਕਾਰਜਕਾਰੀ ਪ੍ਰਧਾਨ ਬਣਾਇਆ ਜਾਣਾ ਹੈ ਜਿਹੜਾ ਹੁਣ ਰਾਹੁਲ ਗਾਂਧੀ ਸਾਹਿਬ ਤੇ ਪ੍ਰਧਾਨ ਥਾਪਿਆ ਜਾਣਾ ਉਸ ਦੇ ਨਾਲ ਚਾਰ ਖੇਤਰੀ ਪ੍ਰਧਾਨ ਲਾਏ ਜਾਣੇ ਨੇ ਉਹਨਾਂ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਸ਼ਾਮਲ ਹੋ ਸਕਦੇ ਨੇ ਉਹਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਉੱਤਰੀ ਭਾਰਤ ਦੇ ਕਾਂਗਰਸੀ ਪ੍ਰਧਾਨ ਹੋਣ ਜਾਂ ਕਾਂਗਰਸ ਦੀ ਜਿਹੜੀ ਕਾਰਜਕਰਨੀ ਬਣੀ ਹੈ ਰਾਸ਼ਟਰੀ ਪੱਧਰ ਦੀ ਉਹਦੇ ਵਿੱਚ ਜਰਨਲ ਸਕਤਰ ਸਕਤਰ ਤੱਕ ਦਾ ਉਹਦਾ ਮਿਲ ਸਕਦਾ ਇਹ ਵੀ ਚਰਚਾ ਮੈਂ ਪਰ ਉਸ ਦੇ ਬਾਵਜੂਦ ਜਿਹੜਾ ਮਸਲਾ ਪੰਜਾਬ ਨਾਲ ਜੁੜਿਆ ਹੈ ਕਿ ਨਵਜੋਤ ਸਿੰਘ ਸਿੱਧੂ ਇਹੋ ਕਹਿੰਦੇ ਨੇ ਕਿ ਮੈਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਕੰਮ ਕਰਨਾ ਹੈ ਪੰਜਾਬ ਚ ਰਹਿ ਕੇ ਕੰਮ ਕਰਨਾ ਹੈ ਇਸੇ ਗੱਲ ਦੀ ਲੜਾਈ ਮੇਰੀ ਅਕਾਲੀ ਬੀਜੇਪੀ ਦੇ ਦੌਰ ਸਮੇਂ ਸੀ ਇਹੋ ਲੜਾਈ ਮੇਰੀ ਅੱਜ ਵੀ ਜਾਰੀ ਹੈ ਤਾਂ ਉਸ ਨਾਲ ਸੰਭਾਵਨਾ ਲੱਗਦੀ ਹੈ ਕਿ ਉਹ ਪੰਜਾਬ ਛੱਡਣਾ ਨਹੀਂ ਚਾਹੁੰਦੇ ਪੰਜਾਬ ਦੀ ਕੈਬਨਿਟ ਚ ਵੀ ਰਹਿਣਾ ਚਾਹੁੰਦੇ ਨੇ ਪਰ ਕੈਪਟਨ ਨਾਲ ਵੀ ਜਿਸ ਜਨਾਂ ਨੇ ਆਢਾ ਲਿਆ ਸੀ ਉਹ ਜਨ ਹੁਣ ਨਵੇੜਨ ਦੀ ਹਾਈ ਕਮਾਂਡ ਭੂਮਿਕਾ ਨਿਭਾਉਣ ਵਾਲੀ ਹੈ ਖਾਸ ਕਰ ਪ੍ਰੇਨਕਾ ਗਾਂਧੀ ਜਦੋਂ ਸਾਹਮਣੇ ਆਏ ਨੇ ਅਸਲ ਦੇ ਵਿੱਚ ਤਾਂ ਇਹ ਹੈ ਜੀ ਕਿ ਪ੍ਰੇਨਕਾ ਗਾਂਧੀ ਨਾ ਲਗਾਤਾਰ ਨਵਜੋਤ ਸਿੰਘ ਜਨ ਨਾਲ ਸੰਪਰਕ ਬਣਾ ਪਰ ਨਵਜੋਤ ਸਿੰਘ ਸਿੱਧੂ ਜਦੋਂ ਮਾਤਾ ਦੇ ਦਰਬਾਰ ਗਏ ਸਨ ਬੈਸ਼ਨੂ ਦੇਵੀ ਦੇ ਦਰਵਾਜ਼ੇ 'ਤੇ ਬੈਠੇ ਸਨ ਜਦੋਂ ਆਰਤੀਆਂ ਛਿੱਸਾ ਲੈਂਦੇ ਸਨ ਜਦੋਂ ਗੁਫਾ 'ਚ ਬੈਠ ਕੇ ਆਪਣੀ ਸਾਧਨਾ ਕਰਦੇ ਸਨ ਜਦੋਂ ਉੱਤੇ ਹਵਨ ਕਰਦੇ ਸਨ ਤਾਂ ਉਹ ਫੋਨ ਸੰਪਰਕ ਤੋਂ ਟੁੱਟੇ ਹੋਏ ਸਨ ਇਸ ਲਈ ਪ੍ਰਣਕਾ ਗਾਂਧੀ ਉਹ ਸੁਨਿਆ ਨਹੀਂ ਪਹੁੰਚ ਰਿਹਾ ਸੀ ਜਦੋਂ ਅੰਮ੍ਰਿਤਸਰ ਪਹੁੰਚਦਾ ਸੁਨਿਆ ਮਿਲਿਆ ਉਹਨਾਂ ਨੇ ਫਿਰ ਉਸ ਨੂੰ ਠੰਡੇ ਮਨ ਨਾਲ ਸੋਚਿਆ ਤੇ ਚੰਡੀਗੜ੍ਹ ਆਏ ਚੰਡੀਗੜ੍ਹ ਤੋਂ ਫਿਰ ਦਿੱਲੀ ਗਏ ਤੇ ਦਿੱਲੀ ਤੋਂ ਹੁਣ ਕਹਿੰਦੇ ਮੀਟਿੰਗ ਹੋ ਗਈ ਹੈ ਉਸ ਤੋਂ ਬਾਅਦ ਹਾਈ ਕਮਾਂਡ ਜਿਹੜੇ ਗੱਭੇ ਮੈਂਬਰ ਪਾਏ ਨੇ ਜਿਨ੍ਹਾਂ ਨੇ ਕੈਪਟਨ ਰੋ ਸਿੱਧੂ ਚ ਉਹਨਾਂ ਦੇ ਸਮਝੌਤੇ ਦੀ ਗੱਲ ਤੋਰੀ ਹੈ ਤੇ ਫਿਰ ਸੰਦੀਪ ਸੰਧੂ ਉੱਥੇ ਪਹੁੰਚੇ ਨੇ ਤੇ ਹੁਣ ਗੱਲ ਕਿਤੇ ਪੈਚਾਵਲ ਤੁਰ ਪਈ ਹੈ ਖਿਚੜੀ ਫੇਰ ਪੱਕੀ ਹੈ ਤੇ ਹੋ ਸਕਦਾ ਹੈ ਅਗਲੀ ਜਿਹੜੀ ਕੈਬਨਿਟ ਦੀ ਮੀਟਿੰਗ ਹੋਣੀ ਹੈ ਉਦੇਵ ਚਨੂਜੋ ਸਿੰਘ ਸਿੱਧੂ ਫਿਰ ਸ਼ਾਮਲ ਹੋਣ ਤੇ ਆਪਣਾ ਵਿਭਾਗ ਸੰਭਾਲਣ ਘਟੋ ਘਟ ਪੰਜਾਬ ਦਾ ਇੱਕ ਮਸਲਾ ਤਾਂ ਨਿਭੜੇ ਤਾਂ ਕਿ ਜਿਹੜੇ ਮਸਲੇ ਦੀ ਮੈਂ ਗੱਲ ਕਰ ਰਿਹਾ ਕਿ ਪੰਜਾਬ ਚ ਨਸ਼ਿਆਂ ਦਾ ਮੀ ਪੰਜਾਬ ਚ ਹਰ ਵਰਗਾ ਮੀ ਪੈ ਰਿਹਾ ਪੰਜਾਬ ਦਾ ਧਰਤੀ ਹਟਲਾ ਪਾਣੀ ਮੁਕਰਿਆ ਪੰਜਾਬ ਚ ਐਸੋਈ ਮੁੱਦੇ ਤੇ ਅਸੀਂ ਕਰਦੇ ਜਾ ਰਹੇ ਹਾਂ ਕਲੋਜ਼ਰ ਰਿਪੋਰਟ ਸ਼ਾਮਲ ਹੋ ਰਹੀਆਂ ਨੇ ਦਾਖਲ ਹੋ ਰਹੀਆਂ ਨੇ ਕੋਟ ਦੇ ਅੰਦਰ ਪੰਜਾਬ ਦੇ ਵਿੱਚ ਬੇਦੀਆਂ ਵਾਲਾ ਮਾਮਲਾ ਉੱਥੇ ਹੀ ਖੜਾ ਹੈ ਪੰਜਾਬ ਦੇ ਵਿੱਚ ਬੇਰਜ਼ਗਾਰੀ ਵਾਲਾ ਮਾਮਲਾ ਉੱਥੇ ਖੜਾ ਕਿਸਾਨੀ ਸਮੱਸਿਆ ਵੱਡੀ ਖੜੀ ਹੈ ਤਾਂ ਕਿ ਸਰਕਾਰਾਂ ਵਿਰੋਧੀ ਧਿਰਾਂ ਹੋਰ ਸਿਆਸੀ ਦਲ ਮੀਡੀਆ ਇਹਨਾਂ ਮੁੱਦਿਆਂ ਤੇ ਵੀ ਗੌਰ ਕਰੇ ਨਾ ਕਿ ਸਿੱਧੂ ਕੈਪਟਨ ਸਿੱਧੂ ਕੈਪਟਨ ਇਸੇ ਦੇ ਵਿੱਚ 6-6 ਮਹੀਨੇ ਲੰਗਾਈ ਜਾਵੇ ਇਸ ਲਈ ਇਹ ਮਸਲਾ ਵੱਡਾ ਹੈ ਕਿ ਨਿਭੜੇ ਰੱਬ ਕਰੇ ਛੇਤੀ ਛੇਤੀ ਜੇ ਸਾ ਇਹ ਆਰ ਪਾਰ ਲੱਗੇ ਕੁਝ ਤੇ ਤਾਂ ਕਿ ਪੰਜਾਬ ਦੇ ਮਸਲਿਆਂ ਵੱਲ ਵੀ ਸਿਆਸਤਦਾਨ ਧਿਆਨ ਦੇਣ ਪਰਤ ਤਦ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸਮਾਂ ਬ੍ਰੇਕ ਦਾ ਖਬਰਾਂ ਬਹੁਤ ਖਾਸ ਹਨ ਮੇਰੇ ਕੋਲ ਹੋਰ ਤੁਸੀਂ ਵੇਖਦੇ ਰਹੋ ਜੀ ਵਿਜ਼ਨ ਪੰਜਾਬ ਟੀਵੀ ਵਿਜਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰਾਂ ਦੀ ਖਬਰ ਤੇ ਮੈਂ ਤੁਹਾਨੂੰ ਖਬਰ ਦਿੱਤੀ ਹੈ ਕਿ ਪ੍ਰਿੰਕਾ ਗਾਂਧੀ ਨੇ ਵਿੱਚ ਭੂਮਿਕਾ ਨਿਭਾਈ ਹੈ ਤੇ ਕੈਪਟਨ ਅਮਰਿੰਦਰ ਤੇ ਨਵਜੋਤ ਸਿੱਧੂ ਦੇ ਵਿੱਚ ਦਾਲ ਗਲਣੀ ਸ਼ੁਰੂ ਹੋਈ ਹੈ ਜਿਦੇ ਵਿੱਚ ਸੰਦੀਪ ਸੰਧੂ ਵੀ ਦਿੱਲੀ ਪਹੁੰਚੇ ਨੇ ਕਿਉਂਕਿ ਕੈਪਟਨ ਚੰਡੀਗੜ੍ਹ ਨੂੰ ਆ ਰਹੇ ਸੀ ਤੇ ਨਵਜੋਤ ਸਿੱਧੂ ਦਿੱਲੀ ਨੂੰ ਜਾ ਰਹੇ ਸੀ ਮਗਰ ਸੰਦੀਪ ਸੰਧੂ ਨੂੰ ਭੇਜਤਾ ਤੇ ਗੱਲਬਾਤ ਕਿਤੇ ਹੋਈ ਹੈ ਤੇ ਉਹ ਸਾਬਦਾ ਨਵਜੋਤ ਸਿੱਧੂ ਕੈਪਟਨ ਦੀ ਕੈਬਨਟ ਵਿੱਚ ਵਾਪਸ ਆ ਜਾਣ ਪਰ ਖਬਰ ਇੱਕ ਹੋਰ ਖਬਰ ਸਿੱਧੀ ਮੇਰੇ ਐਨਆਰਆਈ ਭਰਾਵਾਂ ਨਾਲ ਜੁੜੀ ਹੈ। ਖਬਰ ਕੈਨੇਡਾ ਨਾਲ ਜੁੜੀ ਹੈ। ਲਓ ਜੀ ਫਿਰ। ਕੈਨੇਡਾ ਦਾ ਜਿਹੜਾ ਹਵਾਈ ਸਫ਼ਰ ਹੈ ਨਾ ਉਸ ਦੇ ਵਿੱਚ ਲਗਾਤਾਰ ਯਾਤਰੀਆਂ ਨੂੰ ਮੁਸ਼ਕਲ ਆਉਂਦੀਆਂ ਹਨ। ਇਹ ਆਮ ਹੈ। ਇਕੱਲੇ ਕੈਨੇਡਾ ਦੀ ਗੱਲ ਕਿਉਂ ਕਰੀਏ? ਜਿਹੜਾ ਵੀ ਯਾਤਰੀ ਹਵਾਈ ਸਫ਼ਰ ਕਰਦਾ ਹੈ, ਉਹਨੂੰ ਦਿੱਕਤ ਆਉਂਦੀ ਹੈ। ਕਈ ਵਾਰ ਓਵਰਲੋਡਿੰਗ ਦਾ ਮਾਮਲਾ, ਕਈ ਵਾਰ ਸੀਟ ਸਹੀ ਨਾ ਮਿਲਣਾ, ਸਾਮਾਨ ਦੇ ਰੱਖ-ਰਖਾਅ ਦੀ ਗੜਬੜ, ਸਾਮਾਨ ਦਾ ਗੁੰਮ ਹੋ ਜਾਣਾ, ਪਰਿਵਾਰ ਦੇ ਮੈਂਬਰਾਂ ਨੂੰ ਨਾਲ ਵਾਲੀਆਂ ਸੀਟਾਂ ਨਾ ਮਿਲਣਾ। ਲਗਾਤਾਰ ਦੇਰੀ ਹੋ ਜਾਣਾ ਜਹਾਜ਼ ਦੀ ਉਡਾਣ ਵਿੱਚ ਦੇਰੀ ਹੋ ਜਾਣਾ ਹਵਾਈ ਪੱਟੀ ਤੇ ਖੜੇ ਜਹਾਜ਼ ਨੂੰ ਵੀ ਕਈ ਵਾਰ ਘੰਟਾ-ਘੰਟਾ 2-2 ਘੰਟੇ ਨਾਲ ਉਡਾਣ ਭਰਨਾ ਉਹਦੇ ਵਿੱਚ ਯਾਤਰੀਆਂ ਦੇ ਕੀ ਕਸੂਰ ਕਿਸੇ ਦੀ ਇੰਟਰਵਿਊ ਹੁੰਦੀ ਹੈ ਕਿਸੇ ਨੂੰ ਮੀਟਿੰਗ ਤੇ ਪਹੁੰਚਣਾ ਹੁੰਦਾ ਹੈ ਕਿਸੇ ਦਾ ਕਿਸੇ ਪਰਿਵਾਰਕ ਦੁੱਖ ਦੇ ਵਿੱਚ ਜਾਂ ਸੁੱਖ ਦੇ ਵਿੱਚ ਸ਼ਿਰਕਤ ਕਰਨਾ ਹੁੰਦਾ ਵਿਆਹ ਸ਼ਾਦੀ ਤੇ ਪਹੁੰਚਣਾ ਹੁੰਦਾ ਅਜੇ ਕਿੰਨੇ ਮਸਲੇ ਸਾਰਾ ਕੁਝ ਯਾਤਰੀਆਂ ਨਾਲ ਜੁੜਿਆ ਯਾਤਰੀਆਂ ਤੋਂ ਤੁਸੀਂ ਜਹਾਜ਼ ਕਮਾਈ ਕਰਦੇ ਨੇ ਜਹਾਜ਼ ਕੰਪਨੀਆਂ ਦੀ ਕਮਾਈ ਦਾ ਸਾਧਨ ਇਹੀ ਹਵਾਈ ਉਡਾਨਾਂ ਨੇ ਜਿੱਦਾਂ ਅਸੀਂ ਯਾਤਰੀ ਸਫ਼ਰ ਕਰਦੇ ਨੇ ਤੇ ਉਹਨਾਂ ਹੀ ਯਾਤਰੀਆਂ ਨੂੰ ਜੇਕਰ ਮੁਸ਼ਕਲ ਆਉਣ ਕੈਨੇਡਾ ਨੇ ਖਾਸਾ ਸਖਤ ਫੈਸਲਾ ਲਿਆ ਕੈਨੇਡਾ ਨੇ ਹੁਣ ਹਵਾਈ ਕੰਪਨੀਆਂ ਦੀ ਨਕੇਲ ਕੱਸ ਦਿੱਤੀ ਹੈ ਜਨਾਬ ਲਓ ਪਹਿਲਾਂ ਖਬਰ ਸੁਣੋ ਹੁਣ ਕੋਈ ਵੀ ਹਵਾਈ ਕੰਪਨੀ ਆਪਣੀ ਮਨਮਰਜ਼ੀ ਨਹੀਂ ਕਰ ਸਕਦੀ ਕਹਿੰਦੇ ਕੋਈ ਵੀ ਯਾਤਰੀਆਂ ਨੂੰ ਪਰੇਸ਼ਾਨ ਨਹੀਂ ਕਰ ਸਕਦੀ ਕੈਨੇਡਾ ਸਰਕਾਰ ਨੇ ਇੱਕ ਜਿਹੜਾ ਨਿਯਮ ਬਣਾਇਆ ਜਿਹੜਾ ਲਾਗੂ ਕੀਤਾ ਨਿਯਮ ਉਹ ਹੈ ਜੀ 에어 ਪੈਸੇਂਜਰ ਬਿਲ ਆਫ ਰਾਈਟਸ 에어 ਪੈਸੇਂਜਰ ਬਿਲ ਆਫ ਰਾਈਟਸ ਬਿਲਕੁਲ ਜੀ ਹਵਾਈ ਯਾਤਰੀਆਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਲੈ ਕੇ ਇੱਕ ਕਾਨੂੰਨ ਲਾਗੂ ਕੀਤਾ ਹੈ 15 ਜੁਲਾਈ 2019 ਤੋਂ ਇਹ ਨਿਯਮ ਲਾਗੂ ਹੋ ਗਿਆ ਅੱਧਾ ਹੁਣ ਹੋਇਆ ਐ ਅੱਧੇ ਤੋਂ ਜ਼ਿਆਦਾ ਵੀ ਮੈਂ ਕਹਿ ਸਕਦਾ ਕਿ ਅੱਧੇ ਤੋਂ ਜ਼ਿਆਦਾ ਨਿਯਮ ਜਿਹੜਾ ਇੱਕ ਕਾਨੂੰਨ ਐਕਟ ਲਿਆਂਦਾ ਗਿਆ ਜਿਹੜਾ ਬਿੱਲ ਲਿਆਂਦਾ ਗਿਆ ਕੈਨੇਡਾ ਦੇ ਵਿੱਚ ਉਹਦਾ 15 ਜੁਲਾਈ 2019 ਤੋਂ ਅੱਧਾ ਲਾਗੂ ਹੋ ਗਿਆ ਬਾਕੀ 15 ਦਸੰਬਰ 2019 ਤੋਂ ਰਹਿੰਦਾ ਵੀ ਲਾਗੂ ਹੋ ਜਾਏਗਾ ਆਪਾਂ ਜ਼ਿਕਰ ਕਰ ਲਈ ਇਹਦਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਮਸਲਾ ਯਾਤਰੀਆਂ ਦੀ ਖੱਜਲ ਖਵਰੀ ਨਾਲ ਜੁੜਿਆ ਉਹ ਕਿਸੇ ਤਰ੍ਹਾਂ ਦਾ ਵੀ ਹੋ ਸਕਦੀ ਹੈ ਖੱਜਲ ਖਵਰੀ ਜਿਵੇਂ ਸਮਾਨ ਦਾ ਗੁੰਮ ਹੋ ਜਾਣਾ ਜਹਾਜ਼ ਦੀ ਉਡਾਨ ਚ ਦੇਰੀ ਹੋਣਾ ਅੰਦਰ ਸਹੂਲਤ ਸਹੀ ਨਾ ਮਿਲਣਾ ਏਸੀ ਦਾ ਨਾ ਚੱਲਣਾ ਸੀਟ ਪਸੰਦ ਦੀ ਨਾ ਮਿਲਣਾ ਇਹ ਸਾਰੀਆਂ ਕਿੰਨੀਆਂ ਸਮੱਸਿਆਵਾਂ ਹੋ ਸਕਦੀਆਂ ਉਹਦੇ ਨੂੰ ਲੈ ਕੇ ਅੱਛਾ ਹੁਣ ਨੀਵਾ ਮੁਤਾਬਕ ਹੁਣ ਜੇਕਰ ਮੈਂ ਇਹ ਜਿਹੜਾ ਕਾਨੂੰਨ ਲਿਆਂਦਾ ਗਿਆ ਜਿਹੜਾ ਐਕਟ ਲਿਆਂਦਾ ਗਿਆ ਜਿਹੜਾ ਨਿਯਮ ਲਾਗੂ ਕੀਤਾ ਏਅਰ ਪੈਸੇਂਜਰ ਬਿਲੋ ਫਰਾਈਟਸ ਜੇਕਰ ਮੈਂ ਇਹਦੀ ਗੱਲ ਕਰਾਂ ਇਹਦੇ ਨੀਵਾ ਮੁਤਾਬਕ ਹੁਣ ਕਿਸੇ ਯਾਤਰੀ ਨੂੰ ਆਪਣੇ ਪਰਿਵਾਰ ਨਾਲ ਬੈਠਣ ਵਿੱਚ ਉਡਾਣ ਦੀ ਦੇਰੀ ਵਿੱਚ ਓਵਰ ਬੁਕਿੰਗ ਓਵਰ ਬੁਕਿੰਗ ਕਮਾਲ ਆ ਜਹਾਜ਼ ਦੇ ਅੰਦਰ ਤੁਹਾਨੂੰ ਪਤਾ ਹੈ ਕਿ ਤੁਹਾਡੀਆਂ 300 ਸੀਟਾਂ ਨੇ ਜਹਾਜ਼ ਦੇ ਅੰਦਰ ਤੁਹਾਨੂੰ ਪਤਾ ਹੈ ਤੁਹਾਡੀਆਂ 700 ਸੀਟਾਂ ਨੇ ਉਸ ਦੇ ਬਾਵਜੂਦ ਓਵਰ ਬੁਕਿੰਗ ਕਿਵੇਂ ਹੋ ਜਵੇ ਉਹ ਨਿਓ ਬੁੱਕ ਕਰੋਗੇ ਜਿਹਨੇ ਮਸافر ਬੈਠ ਸਕਦੇ ਨੇ ਓਵਰ ਬੁਕਿੰਗ ਕਿਵੇਂ ਹੁੰਦੀ ਹੈ ਕੰਪਨੀ ਨੇ ਬੁੱਕ ਕਰਨਾ ਹੈ ਕੰਪਨੀ ਦਾ ਜਹਾਜ਼ ਹੈ ਕੰਪਨੀ ਨੂੰ ਸੀਟਾਂ ਪਤਾ ਉਹਦੇ ਬਾਵਜੂਦ ਓਵਰ ਬੁਕਿੰਗ ਵਾਲੀ ਸਮੱਸਿਆ ਬਹੁਤ ਆਉਂਦੀ ਹੈ ਓਵਰ ਬੁਕਿੰਗ ਸਮਾਨ ਦਾ ਗਵਾਜਣਾ ਇਹ ਵੱਡੀਆਂ ਸਮੱਸਿਆਵਾਂ ਨਾਲ ਅਕਸਰ ਹਵਾਈ ਯਾਤਰੀਆਂ ਨੂੰ ਜੂਝਣਾ ਪੈਂਦਾ ਹੈ। ਅੱਛਾ ਜੀ, ਹੁਣ ਕੀਤਾ ਕੀ ਹੈ? ਇਹਦੇ ਨਾਲ ਕੀ ਕੀਤਾ ਕਿ ਉਹਨਾਂ ਨੇ ਮੁਆਵਜ਼ੇ ਦੀ ਹੱਦ ਵਧਾ ਦਿੱਤੀ। ਸਖਤ ਕਰ ਦਿੱਤਾ ਕਿ ਜੇਕਰ ਜਈਆਂ ਸਮੱਸਿਆਵਾਂ ਆਈਆਂ ਤਾਂ ਹਵਾਈ ਕੰਪਨੀਆਂ ਨੂੰ ਮੁਆਵਜ਼ਾ ਦੇਣਾ ਪਵੇਗਾ। ਲਓ ਜੀ ਮੁਆਵਜ਼ਾ ਵੀ ਸੁਣ ਲਓ। 6 ਘੰਟਿਆਂ ਦੀ ਦੇਰੀ। ਜੇਕਰ 6 ਘੰਟਿਆਂ ਦੀ ਦੇਰੀ ਹੁੰਦੀ ਹੈ ਹਵਾਈ ਉਡਾਣ ਦੇ ਵਿੱਚ ਤਾਂ ਕੰਪਨੀ ਨੂੰ 900 ਡਾਲਰ ਤੱਕ ਜੁਰਮਾਨਾ ਭਰਨਾ ਪੈ ਸਕਦਾ ਹੈ। ਅੱਛਾ, ਜੇ 6 ਤੋਂ 9 ਘੰਟੇ, 6 ਤੋਂ ਵੱਧ ਕੇ 9 ਘੰਟੇ ਦੇ ਅੰਦਰ ਅੰਦਰ देरी ਹੁੰਦੀ ਆ ਤਾਂ ਕੰਪਨੀਆਂ ਨੂੰ 1800 ਡਾਲਰ ਜੁਰਮਾਨਾ ਭਰਨਾ ਪੈ ਸਕਦਾ ਤੇ 9 ਤੋਂ ਵਧੇਰੇ ਸਮੇਂ ਦੀ ਜੇ 9 ਘੰਟੇ ਤੋਂ ਵੀ ਪਰ ਹੋ ਜਵੇ ਤਾਂ 2400 ਡਾਲਰ ਤੱਕ ਖਰਜਾਨਾ ਭਰਨਾ ਪੈ ਸਕਦਾ ਬਿਲਕੁਲ ਜੀ ਇਹ ਸਖਤ ਕਾਨੂੰਨ ਕੈਨੇਡਾ ਲੈ ਕੇ ਆਇਆ ਆਪਣੇ ਹਵਾਈ ਯਾਤਰੀਆਂ ਦੀ ਸਹੂਲਤ ਲਈ ਅੱਛਾ ਇਹ ਤੋਂ ਵੀ ਅੱਗੇ ਦੀ ਗੱਲ 5 ਸਾਲ ਤੋਂ ਛੋਟਾ ਬੱਚਾ 5 ਸਾਲ ਤੋਂ ਜੇਕਰ ਛੋਟੀ ਉਮਰ ਦਾ ਬੱਚਾ ਹੈ ਤਾਂ ਉਹਨੂੰ ਬਿਨਾਂ ਕਿਸੇ ਵਾਧੂ ਖਰਚੇ ਤੋਂ ਮਾਂ ਦੇ ਨਾਲ ਵਾਲੀ ਸੀਟ ਦੇਣੀ ਪਣੀ ਹੈ ਹੁਣ ਐ ਨਹੀਂ ਸਰਨਾ ਕਿ ਜਵਾਗ ਨੂੰ ਗੋਦੀ 'ਚ ਬਿਠਾ ਲਓ ਜੋ ਬਾਕ ਨੂੰ ਕਿਤੇ ਹੋਰ ਬਿਠਾ ਦੋ ਨਹੀਂ 5 ਸਾਲ ਤੋਂ ਜੇਕਰ ਘਾਟੋਂ ਉਮਰ ਦਾ ਬੱਚਾ ਹੈ ਤਾਂ ਉਹਨੂੰ ਮਾਂ ਦੇ ਨਾਲ ਵਾਲੀ ਸੀਟ ਦੇਣੀ ਪਣੀ ਹੈ ਤੇ ਕੋਈ ਵਾਧੂ ਖਰਚਾ ਵੀ ਨਹੀਂ ਤੁਸੀਂ ਵਸੂਲ ਸਕਦੇ ਉਹ ਦੇਣਾ ਲਾਜ਼ਮੀ ਹੋਏਗਾ ਇਸ ਤੋਂ ਇਲਾਵਾ ਜੇਕਰ 13 ਸਾਲ ਤੋਂ ਤੱਕ ਦੀ ਉਮਰ ਦਾ ਬੱਚਾ ਹੈ 13 ਸਾਲ ਤੱਕ ਦੀ ਲਿਮਟ ਜਾਂਦਾ 5 ਤੋਂ ਉੱਪਰ ਚਲਾ ਜਾਂਦਾ ਤੇ 13 ਸਾਲ ਦੇ ਦਾਇਰੇ 'ਚ ਆਉਂਦਾ ਤਾਂ 13 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮਾਪਿਆਂ ਤੋਂ ਬਹੁਤੀ ਦੂਰੀ ਤੇ ਨਹੀਂ ਸਿਟ ਦੇ ਸਕਦੇ ਐ ਨਹੀਂਗਾ ਕਿ ਮਾਂ ਮੁਰਲੀ ਲੈਂਚ 'ਚ ਬੈਠੀ ਹੈ ਤੇ ਪੁੱਤ ਬੱਚਾ ਤੇ ਧੀ ਜਾਂ ਅਖੀਰਲੀ ਲੈਂਚ 'ਚ ਬੈਠਿਆ ਨਹੀਂ ਉਹਨਾਂ ਨੂੰ ਵੀ ਨੇੜੇ ਤੇ ਡੇਕ ਤੇ ਇੱਕ ਦੀ ਲਾਈਨ ਆ ਮੋ ਸਾਹਮਣੇ ਕਿਤੇ ਸੀਟ ਦੇਣੀ ਪੈਗੀ 13 ਸਾਲ ਤੋਂ ਘੱਟ ਉਮਰ ਇਸ ਤੋਂ ਇਲਾਵਾ ਅੱਛਾ ਜੀ ਕਾਨੂੰਨ ਦਾ ਜਿਹੜਾ ਬਾਕੀ ਹਿੱਸਾ ਜਿਵੇਂ ਮੈਂ ਗੱਲ ਕਰ ਰਿਹਾ ਕਿ 15 ਦਸੰਬਰ 2019 ਤੋਂ ਲਾਗੂ ਹੋਣਾ ਇੱਕ ਹਿੱਸਾ ਜਿਹਦੀ ਆਪਾਂ ਆ ਜ਼ਿਕਰ ਕੀਤਾ ਇਹ 15 ਜੁਲਾਈ 2019 ਤੋਂ ਲਾਗੂ ਹੋ ਗਿਆ ਇਹ ਲਾਜ਼ਮੀ ਹੋ ਜਾਏਗਾ ਕਿ ਜੇਕਰ ਉਡਾਨ ਜਾਣ ਦੇ ਸਮੇਂ 3 ਘੰਟਿਆਂ ਦੀ ਦੇਰੀ ਹੋਈ ਤਾਂ ਹਵਾਈ ਕੰਪਨੀ ਨੂੰ ਅਗਲੀ ਉਡਾਨ ਜਾਂ ਹਵਾਈ ਕੰਪਨੀ ਦੀ ਆਪਣੀ ਉਡਾਨ ਦਾ ਕੋਈ ਪ੍ਰਬੰਧ ਕਰਕੇ ਦੇਣਾ ਪਏਗਾ ਕੋਈ ਬਦਲ ਮਾਪ ਰਹੇ ਜੇਕਰ ਕਿਸੇ ਬਿਜ਼ਨਸਮੈਨ ਨੂੰ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਕਿਸੇ ਦੀ ਮੀਟਿੰਗ ਹੁੰਦੀ ਹੈ ਕਿਸੇ ਦੀ ਇੰਟਰਵਿਊ ਹੁੰਦੀ ਹੈ ਜੇਕਰ ਕਿਸੇ ਬਿਜ਼ਨਸ ਬਿਜ਼ਨਸਮੈਨ ਨੂੰ ਉਡਾਨ ਕਰਨ ਮੀਟਿੰਗ ਰੱਦ ਕਰਨੀ ਪਵੇ ਤਾਂ ਉਸ ਨੂੰ 400 ਜਾਂ 125 ਡਾਲਰ ਮੁਆਵਜ਼ਾ ਮਿਲੇਗਾ 125 ਤੋਂ ਲੈ ਕੇ 400 ਡਾਲਰ ਤੱਕ ਦਾ ਮੁਆਵਜ਼ਾ ਹਾਲਾਂਕਿ ਇਸ ਕਾਨੂੰਨ ਦਾ ਹਵਾਈ ਕੰਪਨੀਆਂ ਖਾਸਾ ਵਿਰੋਧ ਕਰ ਰਹੀਆਂ ਤੇ ਕੋਰਟ ਵੀ ਪਹੁੰਚ ਗਈਆਂ ਲੋ ਫਿਰ ਕੋਰਟ ਵਾਲਾ ਮਾਮਲਾ ਵੀ ਤੁਹਾਨੂੰ ਦੱਸਦਾ ਜੀ ਜਿਵੇਂ ਇਹ ਕੈਨੇਡਾ ਦੇ ਵਿੱਚ ਇਹ ਬਿੱਲ ਲਿਆਂਦਾ ਗਿਆ ਐ ਐਕਟ ਲਿਆਂਦਾ ਗਿਆ ਕੈਨੇਡਾ ਨੇ ਤੈਅ ਕੀਤਾ ਕਿ ਹੁਣ 에ਅਰ ਪੈਸੇਂਜਰ ਬਿਲ ਆਫ ਰਾਈਟਸ ਸੀ ਲਾਗੂ ਕਰਨੇ ਆ 15 ਜੁਲਾਈ ਤੋਂ ਇਹਨੂੰ ਰਸਮੀ ਰੂਪ ਦੇਤਾ ਤੇ ਰਹਿੰਦਾ ਇਹ ਬਿੱਲ 15 ਦਸੰਬਰ ਤੋਂ ਲਾਗੂ ਕਰ ਦੇਣਾ ਤਾਂ ਉਸ ਤੋਂ ਬਾਅਦ ਹਵਾਈ ਕੰਪਨੀਆਂ ਦੀਆਂ ਮਨਮਰਜ਼ੀਆਂ ਰੋਕਣ ਲਈ ਜਦੋਂ ਐਕਟ ਲਿਆਂਦਾ ਤਾਂ ਕੰਪਨੀਆਂ 'ਚ ਹੜਕਾ ਮਚ ਗਿਆ ਹਵਾਈ ਕੰਪਨੀਆਂ 'ਚ ਭੜਕੜ ਮੱਚੀ ਉਹਨਾਂ ਨੇ ਮੀਟਿੰਗਾਂ ਕੀਤੀਆਂ ਆਪਣੀਆਂ ਸਰਗਰਮ ਹੋ ਗਏ ਹਾਂ ਹੁਣ ਇਹ ਕੀ ਹੈ ਕਿ ਉਹਨਾਂ ਨੇ ਅਦਾਲਤ ਦੇ ਤੌਰ ਤੇ ਅਦਾਲਤ ਦੇ ਵਿੱਚ ਇਹਨੂੰ ਚੁਣੌਤੀ ਦਿੱਤੀ ਬਿਲਕੁਲ ਜੀ ਕੰਪਨੀਆਂ ਸਖਤੇ ਚ ਨੇ ਤੇ ਉਹਨਾਂ ਨੇ ਅਦਾਲਤ ਪ੍ਰਮੁੱਖ ਤੌਰ ਤੇ 에어 ਕੈਨੇਡਾ ਤੇ ਇੰਟਰਨੈਸ਼ਨਲ 에어 ਟ੍ਰਾਂਸਪੋਰਟ ਐਸੋਸੀਏਸ਼ਨ ਇਹ ਦੋਆਂ ਵੱਲੋਂ ਇੱਕ ਕਾਨੂੰਨ ਰੱਦ ਕਰਾਉਣ ਲਈ ਫੈਡਰਲ ਕੋਰਟ ਆਫ ਅਪੀਲ ਉਹਦੇ ਵਿੱਚ ਅਪੀਲ ਪਾ ਦਿੱਤੀ ਹੈ ਜੀ ਉਹ ਚ ਪਿਛਲੇ ਦਿਨੀ ਕੇਸ ਦਾਇਰ ਕਰ ਦਿੱਤਾ ਹੈ ਫੈਡਰਲ ਕੋਰਟ ਆਫ ਅਪੀਲ ਉਹਦੇ ਅੰਦਰ ਇਹ ਕੰਪਨੀਆਂ ਪਹੁੰਚ ਗਈਆਂ ਨੇ ਆਈਟਾ ਦੀ 에어 ਇੰਡੀਆ ਸਣੇ 290 ਦੇ ਕਰੀਬ ਕੰਪਨੀਆਂ ਦੀਆਂ ਮੈਂਬਰ ਨੇ ਜਿਹੜੀ ਮੈਂ ਗੱਲ ਕਰ ਰਿਹਾ ਨਾ ਇੰਟਰਨੈਸ਼ਨਲ 에어 ਟ੍ਰਾਂਸਪੋਰਟ ਐਸੋਸੀਏਸ਼ਨ ਇੱਕ ਐਸੋਸੀਏਸ਼ਨ ਹੈ ਜਿਹਦੀ ਆਈਟਾ ਜਿਹਨੂੰ ਸ਼ਾਰਟ ਚਾਈਟਾ ਕਹਿੰਦੇ ਨੇ ਆਈਟਾ ਦੇ ਵਿੱਚ 에ਅਰ ਇੰਡੀਆ ਵੀ ਸ਼ਾਮਿਲ ਹੈ ਹੋਰ ਹਵਾਈ ਕੰਪਨੀਆਂ ਵੀ ਸ਼ਾਮਿਲ ਨੇ 290 ਦੇ ਕਰੀਬ ਹਵਾਈ ਕੰਪਨੀਆਂ ਨੇ ਜਿਹੜੀਆਂ ਇਸ ਐਸੋਸੀਏਸ਼ਨ ਦਾ ਹਿੱਸਾ ਨੇ ਆਈਟਾ ਦਾ ਹਿੱਸਾ ਨੇ ਇੰਟਰਨੈਸ਼ਨਲ 에ਅਰ ਟ੍ਰਾਂਸਪੋਰਟ ਐਸੋਸੀਏਸ਼ਨ ਦਾ ਹਿੱਸਾ ਨੇ ਉਹ ਸਾਰੀਆਂ ਕੰਪਨੀਆਂ ਕੋਰਟ ਪਹੁੰਚ ਗਈਆਂ ਉਹਨਾਂ ਨੇ ਅਪੀਲ ਪਾਈ ਹੈ ਕਿ ਨਹੀਂ ਸਾਡੇ ਨਾਲ ਧੱਕਾ ਹੈ ਕਹਿੰਦੇ ਕਿ ਨਵੇਂ ਕਾਨੂੰਨ ਨਾਲ ਸਾਨੂੰ ਮਤਲਬ ਕਿ ਹੁਣ ਜਿਹੜਾ ਖਰਚਾ ਪੈ ਰਿਹਾ ਦੇਰੀ ਨਾਲ ਉੜੇ ਤਾਵੀ ਹਰਜਾਨਾ ਹੈ ਓਵਰ ਬੁਕਿੰਗ ਕੀਤੀ ਤਾਵੀ ਹਰਜਾਨਾ ਸਮਾਨ ਗਵਾਚਿਆ ਤਾਵੀ ਹਰਜਾਨਾ ਪਰਿਵਾਰ ਦੇ ਜੀਆ ਨੂੰ ਇਕੱਠਿਆਂ ਨਹੀਂ ਬਿਠਾਇਆ ਤਾਵੀ ਮੁਸ਼ਕਲ ਹੈ ਜੇ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ ਕੰਪਨੀ ਨੂੰ ਤਾਵੀ ਜੁਰਮਾਨਾ ਹੈ ਜੇਕਰ ਏਸੀ ਨਾ ਚੱਲਦਾ ਹੋਇਆ ਤਾਵੀ ਜੁਰਮਾਨਾ ਹੈ ਜੇਕਰ ਸੀਟ ਨਾ ਸਹੀ ਮਿਲੀ ਤਾਵੀ ਜੁਰਮਾਨਾ ਸਮਾਨ ਗਵਾਚਿਆ ਤਾਵੀ ਜੁਰਮਾਨਾ ਹੈ 에ਰ ਪੱਟੀ ਦੇ ਉੱਤੇ ਜਹਾਜ਼ 3 ਘੰਟੇ ਖੜਾ ਰਿਹਾ ਤਾਂ ਜਹਾਜ਼ ਦੇ ਵਿੱਚੋਂ ਬਾਹਰ ਆ ਸਕਦੇ ਨੇ ਯਾਤਰੀ ਉਹਨਾਂ ਨੂੰ ਅਧਿਕਾਰ ਹੈ ਕਿ ਹੁਣ ਉਹ ਕਹਿਣਗੇ ਅਸੀਂ ਨਹੀਂ ਵਿੱਚ ਬੈਠਦੇ ਅਸੀਂ ਤੁਹਾਡੇ ਜਾਚਣਾ ਸਾਨੂੰ ਉਡਾਨ ਬਦਲਵੀਂ ਕਰਕੇ ਦਿਓ ਇਤੇ ਉਹ ਤੋਂ ਬਾਅਦ ਹਰਜਾਨਾ ਵੀ ਭਰਨਾ ਪਵੇ ਇਸ ਲਈ ਜਦੋਂ ਸਾਰੇ ਮਸਲੇ ਆਏ ਤਾਂ ਹੁਣ ਇਹ ਕੰਪਨੀਆਂ ਕੋਰਟ ਜਾਣ ਦਾ ਰੁਖ اختیار ਕਰਦੀਆਂ ਕਿ ਅਸੀਂ ਕੰਪਨੀਆਂ ਨੇ ਕਿਹਾ ਕਿ ਅਸੀਂ ਕੋਰਟ ਜਾਵਾਂਗੇ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਹੈ ਕਿ 15 ਜੁਲਾਈ ਤੋਂ ਜਿਹੜਾ ਨਿਯਮ ਲਾਗੂ ਹੋਇਆ ਓਵਰ ਬੁਕਿੰਗ ਕਾਰਨ ਕਿਸੇ ਯਾਤਰੀ ਨੂੰ ਜਹਾਜ਼ 'ਚ ਸੀਟ ਨਹੀਂ ਮਿਲਦੀ ਜਾਂ ਮੁਆਵਤਾ ਮੁਆਜਰ ਹੱਕਦਾਰ ਹੋਏਗਾ ਉਡਾਣ ਵਿੱਚ 6 ਘੰਟੇ ਤੱਕ ਦੇਰੀ ਹੋ ਜਾਂਦੀ ਹੈ ਤਾਂ 900 ਡਾਲਰ ਤੱਕ ਦਾ ਜੁਰਮਾਨਾ ਤਾਂ ਦਾਅਵਾ ਕਰ ਸਕਦਾ ਹੈ 9 ਘੰਟੇ ਤੋਂ ਵੀ ਵੱਧ ਜਵੇ ਦੇਰੀ ਤਾਂ 2400 ਡਾਲਰ ਤੱਕ ਇਹ ਜੁਰਮਾਨਾ ਜਾ ਸਕਦਾ ਹੈ ਸਮਾਨ ਗਵਾਚ ਜਵੇ ਜਾਂ ਹਵਾਈ ਕੰਪਨੀ ਤਾਂ ਹਵਾਈ ਕੰਪਨੀ ਯਾਤron ਨੂੰ 2100 ਡਾਲਰ ਤੱਕ ਦੇਣਾ ਪਵੇਗਾ ਉਡਾਨ ਰੱਦ ਹੋਣ ਨਾਲ ਦੇਰੀ ਹੋਣ ਨਾਲ ਸਮਾਨ ਗਵਾਚਣ ਨਾਲ ਨੁਕਸਾਨ ਨਾਲ ਜਾਂਚ ਬੱਚਿਆਂ ਦੀਆਂ ਸੀਟਾਂ ਤੇ ਸਫ਼ਰ ਨਾਲ ਸੰਬੰਧਿਤ ਹੋਰ ਸਹੂਲਤਾਂ ਬਾਰੇ ਹੋਰ ਸੰਬੰਧਿਤ ਕਾਨੂੰਨ ਬਾਰੇ ਹਵਾਈ ਕੰਪਨੀ ਯਾਤronਾਂ ਨੂੰ ਸਪੱਸ਼ਟ ਜਾਣਕਾਰੀ ਹਰੇਕ ਅੱਧੇ ਘੰਟੇ ਬਾਅਦ ਸਾਂਝੀ ਕਰਦੀ ਰਹੇਗੀ ਕਿ ਤੁਹਾਡੇ ਅਧਿਕਾਰ ਨੇ ਜਿੰਨੇ ਯਾਤਰੀ ਜਹਾਜ਼ ਸਫ਼ਰ ਕਰਨਗੇ ਉਹਨਾਂ ਨੂੰ ਹਰ ਅੱਧੇ ਘੰਟੇ ਬਾਅਦ ਜਾਣਕਾਰੀ ਦੇਣੀ ਪੈਗੀ ਕਿ ਤੁਹਾਡੇ ਅਧਿਕਾਰ ਨੇ ਭਾਈ ਇਹਨਾਂ ਅਧਿਕਾਰਾਂ ਦੀ ਵਰਤੋਂ ਕਰੋ ਹਵਾਈ ਪੱਟੀ ਉੱਤੇ ਵੀ ਖੜੇ ਜਹਾਜ਼ ਯਾਤਰੀਆਂ ਨੂੰ ਜੇਕਰ ਬਿਠਾਇਆ ਜਾਂਦਾ ਤਾਂ 3 ਘੰਟੇ ਹੋ ਜਾਣ ਤੋਂ ਬਾਅਦ ਉਡਾਨ ਭਰਨ ਬਾਰੇ ਪੋਸਟਰ ਅਸਮਰਥਾ ਜਾਰ ਕਰ ਸਕਦੇ ਨੇ ਕਿ ਅਸੀਂ ਨਹੀਂ ਤੁਹਾਡੇ ਜਾਚ ਬੈਠਣਾ ਅਸੀਂ ਨਹੀਂ ਅੰਦਰ ਜਾਣਾ ਜਹਾਜ਼ ਵਿੱਚ ਬਾਥਰੂਮ ਖਾਣਾ ਪਾਣੀ 에ਅਰ ਕੰਡੀਸ਼ਨ ਅਜਈਆਂ ਜੜੀਆਂ ਚੀਜ਼ਾਂ ਨੇ ਜੀ ਉਹਦਾ ਵੀ ਸਹੀ ਪ੍ਰਬੰਧ ਨਹੀਂ ਤਾਂ ਵੀ ਤਾਂ ਵੀ ਉਹਦੇ ਖਰਾਬ ਮੁਆਵਜ਼ੇ ਲਈ ਯਾਤਰੀ ਦਾਵਾ ਕਰ ਸਕਦੇ ਨੇ ਉਹ ਇਹ ਚੀਜ਼ਾਂ ਵੀ ਹੁਣ ਲਾਜ਼ਮੀ ਹੋਣਗੀਆਂ ਐ ਡੰਗ ਟਪਾਉ ਕੰਮ ਨਹੀਂ ਚੱਲੂਗਾ ਅੱਛਾ ਇਸ ਕਾਨੂੰਨ ਦਾ ਹਿੱਸਾ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਕੁਝ ਹਿੱਸਾ ਲੱਗ ਹੋ ਗਿਆ 15 ਜਨਵਰੀ ਤੋਂ ਬਾਕੀ ਹਿੱਸਾ 15 ਅਪ੍ਰੈਲ ਤੋਂ ਜਨਵਰੀ ਤੋਂ ਲਾਗੂ ਹੋਣਾ ਜਿਸ ਅਨੁਸਾਰ 20 ਲੱਖ ਤੋਂ ਵੱਧ ਸਾਲਾਨਾ ਯਾਤਰੀ ਲਿਜਾਣ ਵਾਲੀਆਂ ਵੱਡੀਆਂ ਹਵਾਈ ਕੰਪਨੀਆਂ ਉਡਾਣ ਵਿੱਚ 3 ਤੋਂ 6 ਘੰਟੇ ਤੱਕ ਦੀ ਦੇਰੀ ਵਾਸਤੇ 400 ਡਾਲਰ ਤੱਕ ਦਾ ਮੁਆਵਜ਼ਾ ਦੇਣਾ ਪੈ ਸਕਦਾ ਹੈ 9 ਘੰਟੇ ਦੇਰੀ ਵਾਸਤੇ 700 ਤੱਕ ਦਾ ਐ 900 ਤੱਕ ਦਾ 1000 ਡਾਲਰ ਤੱਕ ਅੱਗੇ ਜਾ ਸਕਦਾ ਹੈ ਛੋਟੀਆਂ ਹਵਾਈ ਕੰਪਨੀ ਲਈ ਕਿਸੇ ਦੇ ਕਿਸਮ ਦੇ ਮੁਆਵਜ਼ੇ ਦੀ ਦਰ 125 250 500 ਡਾਲਰ ਤੱਕ ਹੋ ਗਈ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹੁਣ ਇਹ ਵੱਡੀਆਂ ਸਾਰੀਆਂ ਕੰਪਨੀ ਜਿੱਚ 에어 ਇੰਡੀਆ ਵੀ ਸ਼ਾਮਲ ਹੈ ਉਹ ਸਾਰੀ ਐਸੋਸੀਏਸ਼ਨ ਕੋਰਟ ਪਹੁੰਚੀ ਐ ਇਸ ਕਾਨੂੰਨ ਦੇ ਵਿਰੁੱਧ ਇਸ ਲਾਗੂ ਜਿਹੜਾ ਨਿਯਮ ਕੀਤਾ ਗਿਆ ਉਹਦੇ ਵਿਰੁੱਧ ਦੇਖਦੇ ਆ ਕੋਰਟ ਕੀ ਫੈਸਲਾ ਲੈਂਦਾ ਪਰ ਯਾਤਰੂਆਂ ਨਾਲ ਜੁੜਿਆ ਮਸਲਾ ਮਸਲਾ ਤੁਸੀਂ ਯਾਤਰੂਆਂ ਦੀ ਸਹੂਲਤ ਲਈ ਜਹਾਜ਼ ਕੰਪਨੀਆਂ ਬਣਾਈਆਂ ਤੁਸੀਂ ਇਸੇ ਲਈ ਕਮਾਈ ਕਰਦੇ ਹੋ ਯਾਤਰੂਆਂ ਦੇ ਸਿਰ ਤੋਂ ਤੇ ਉਹਨਾਂ ਨੂੰ ਸਹੂਲਤਾਂ ਦੇਣੀ ਜੇਕਰ ਸਹੂਲਤਾਂ ਨਹੀਂ ਤਾਂ ਫਿਰ ਮੁਆਵਜ਼ੇ ਦੇ ਹੱਕਦਾਰ ਨੇ ਇਸ ਲਈ ਮੈਨੂੰ ਇਹ ਲੱਗਦਾ ਕਿ ਇਸ ਦੇ ਨਾਲ ਹੁਣ ਕਿਤੇ ਨਾ ਕਿਤੇ ਸਖਤੀ ਆ ਰਹੀ ਹੈ ਕੈਨੇਡਾ ਨੇ ਜਿਹੜੀ ਸ਼ੁਰੂਆਤ ਕੀਤੀ ਹੈ ਬੜੀ ਚੰਗੀ ਪਹਿਲ ਹੈ ਜਹਾਜ਼ਾਂ ਨਾਲ ਜੁੜੇ ਮਸਲੇ ਨੇ ਜੀ ਜਹਾਜ਼ਾਂ ਨਾਲ ਜੁੜੇ ਮਸਲੇ ਆਪਾਂ ਲਗਾਤਾਰ ਇਹ ਕਈ ਵਾਰ ਇਦਾਂ ਹੀ ਹੁੰਦਾ ਕਿ ਤੁਸੀਂ ਜਿਹੋ ਜਿਹੀ ਖਬਰ ਤੇ ਉੱਪਰ ਨਜ਼ਰਸਾਨੀ ਸ਼ੁਰੂ ਕਰਦੇ ਹੋ ਤੁਹਾਨੂੰ ਉਹੋ ਜਿਹਾ ਮਸਲਾ ਹੋਰ ਮਿਲਦਾ ਰਹਿੰਦਾ ਹੋਰ ਇੰਦਰ ਦੇ ਤੋਂ ਜਿਵੇਂ ਪਹਿਲਾਂ ਖਬਰ ਦੱਸ ਕੇ ਹਟਿਆ ਕਿ ਪਹਿਲਾਂ ਤਾਂ ਪਾਕਿਸਤਾਨ ਨੇ ਹਵਾਈ ਸਫ਼ਰ ਬੰਦ ਕੀਤਾ ਸਾਡਾ ਹਵਾਈ 에ਅਰਵੇਸ ਆਪਣਾ ਬੰਦ ਕਰਤਾ ਸਾਨੂੰ 490 ਕਰੋੜ ਦਾ ਕੱਲਾ 에ਅਰ ਇੰਡੀਆ ਨੂੰ ਘਾਟਾ ਹੋ ਗਿਆ ਪੂਰੀਆ ਇੰਡੀਅਨ ਕੰਪਨੀਆਂ ਨੂੰ 550 ਕਰੋੜ ਦਾ ਘਾਟਾ ਟੈਂਡਰ ਆ ਸਕਦਾ ਤੇ ਪੈਨਲ ਨੂੰ ਲੈ ਕੇ ਪੂਰੀ ਖਬਰ ਮੈਂ ਫਿਰ ਖਬਰਾਂ ਦੀ ਖਬਰ ਚ ਦਵਾਂਗਾ ਪਰ ਤੁਹਾਨੂੰ ਦੱਸ ਰਿਹਾ ਕਿ ਜਹਾਜ਼ ਨਾਲ ਸੰਬੰਧਿਤ ਵੀ ਖਬਰਾਂ ਤੇ ਉੱਪਰ ਮੇਰੀ ਨਜ਼ਰ ਰਹਿੰਦੀ ਹੈ ਚਾਹੇ ਜਹਾਜ਼ ਜਿੰਨੀ ਮਰਜ਼ੀ ਉੱਚੀ ਉਡਾਨ ਭਰ ਦੇਣ ਹਰ ਵੱਡੀ ਖਬਰ ਲੋਕੀ ਖਬਰ ਛੁਪੀ ਖਬਰ ਤੇ ਉੱਪਰ ਅਸੀਂ ਨਜ਼ਰ ਰੱਖਦੇ ਹਾਂ ਤੇ ਖਬਰਾਂ ਦੀ ਪਿੱਛੇ ਦੀ ਖਬਰ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਫਿਰ ਪਰਤਾਂਗਾ ਇਸੇ ਪ੍ਰੋਗਰਾਮ ਵਿੱਚ ਤੁਸੀਂ ਬੈਕ ਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ